ਤੇ ਫਾਈਨਲੀ ਦੋਸਤੋ ਅੱਜ ਗੱਲ ਕਰਦੇ ਹਾਂ ਸ਼ਾਇਰ ਮੂਵੀ ਦੇ ਬਾਕਸ ਆਫਿਸ ਕਲੈਕਸ਼ਨ ਦੀ, ਜਿਸ ਨੂੰ ਸਿਨੇਮਿਆਂ ਦੇ ਅੰਦਰ ਲੱਗਿਆ ਹੋਇਆ ਹੋ ਗਏ ਨੇ ਪੂਰੇ 8 ਦਿਨ। ਤੇ ਆਪਣੇ ਪਹਿਲੇ ਵੀਕ ਦੇ ਉੱਤੇ ਇਸ ਫਿਲਮ ਨੇ ਇੰਡੀਆ 'ਚੋਂ ਔਰ ਓਵਰਸੀਜ਼ 'ਚੋਂ ਵਰਲਡ ਵਾਈਡ ਕਿਤਨਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਹੈ, ਆਓ ਇਸ ਵੀਡੀਓ ਦੇ ਵਿੱਚ ਦੇਖ ਲੈਂਦੇ ਹਾਂ। ਨੀਰੂ ਬਾਜਵਾ ਸਾਹਿਬਾਂ ਔਰ ਸਤਿੰਦਰ ਸਰਤਾਜ ਸਾਹਿਬ ਦੀ ਇਹ ਮੂਵੀ ਬਹੁਤ ਹੀ ਲਾਜਵਾਬ ਹੈ ਔਰ ਇਸ ਦੇ ਕਾਫੀ ਪੋਜ਼ਿਟਿਵ ਰਿਵਿਊ ਮਿਲਿਆ। ਇਸ ਨੇ ਆਪਣੇ ਓਪਨਿੰਗ ਡੇ ਦੇ ਉੱਤੇ 45 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ ਇੰਡੀਆ ਦੇ ਵਿੱਚੋਂ, ਅਤੇ ਆਪਣੇ ਸੈਕਿੰਡ ਡੇ ਦੇ ਉੱਤੇ 52 ਲੱਖ ਔਰ ਆਪਣੇ ਥਰਡ ਡੇ ਦੇ ਉੱਤੇ 67 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ, ਅਤੇ ਆਪਣੇ ਫੋਰ ਡੇ ਦੇ ਉੱਤੇ 28 ਲੱਖ ਅਤੇ ਆਪਣੇ ਪੰਜਵੇਂ ਦਿਨ ਦੇ ਉੱਤੇ 22 ਲੱਖ, ਛੇਵੇਂ ਦਿਨ ਦੇ ਉੱਤੇ 20 ਲੱਖ ਔਰ ਸੱਤਵੇਂ ਦਿਨ ਦੇ ਉੱਤੇ 16 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ ਇੰਡੀਆ ਦੇ ਵਿੱਚੋਂ। ਅਤੇ ਟੋਟਲ 7 ਦਿਨਾਂ ਦੇ ਅੰਦਰ ਇਹ ਫਿਲਮ 2.50 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਚੁੱਕੀ ਹੈ ਔਰ ਅਗਰ ਇਸ ਫਿਲਮ ਦਾ ਗ੍ਰਾਸ ਕਲੈਕਸ਼ਨ ਕੱਢੀਏ ਤਾਂ ਫਿਲਮ 3.10 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਚੁੱਕੀ ਹੈ ਆਪਣੇ ਪਹਿਲੇ ਵੀਕ ਦੇ ਵਿੱਚ ਇੰਡੀਆ ਦੇ ਵਿੱਚੋਂ। ਅਤੇ ਅਗਰ ਓਵਰਸੀਜ਼ ਦੀ ਗੱਲ ਕਰੀਏ ਤਾਂ ਓਵਰਸੀਜ਼ ਦੇ ਅੰਦਰੋਂ ਇਹ ਫਿਲਮ 2 ਕਰੋੜ ਰੁਪਏ ਦੇ ਕਰੀਬ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਚੁੱਕੀ ਹੈ। ਅਤੇ ਅਗਰ ਇੰਡੀਆ ਦਾ 3.10 ਕਰੋੜ, ਓਵਰਸੀਜ਼ ਦਾ 2 ਕਰੋੜ ਜਮ੍ਹਾਂ ਕਰੀਏ ਤਾਂ ਇਹ ਫਿਲਮ 5.10 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕਰ ਚੁੱਕੀ ਹੈ ਵਰਲਡ ਵਾਈਡ, ਜਦਕਿ ਇਸ ਫਿਲਮ ਦਾ ਜਿਹੜਾ ਬਜਟ ਹੈ ਉਹ ਹੈ ਲਗਭਗ 6 ਕਰੋੜ ਰੁਪਈਆ। ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਆਪਣਾ ਅਤੇ ਆਪਣੀ ਫੈਮਿਲੀ ਦਾ ਬਹੁਤ ਬਹੁਤ ਖਿਆਲ ਰੱਖਿਓ ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ।